ਇਹਨਾਂ ਦਾ ਇਹ ਫਾਇਦਾ ਹੁੰਦਾ ਕਿ ਇਹਨਾਂ ਨੂੰ ਨਾ ਕੋਈ ਪਾਣੀ ਦੀ ਜ਼ਰੂਰਤ ਨਾ ਖਾਦ ਦੀ। ਉਹਨੇ ਖੁਸ਼ਕ ਜ਼ਮੀਨ ਵਿੱਚ ਹੀ ਉੱਗਣਾ। ਹਲੇ ਤੱਕ ਤਾਂ ਇਹ ਸੁੰਡੀ ਤੋਂ ਬਚੇ ਖਲੋਤੇ ਨੇ, ਅੱਗੇ ਕੋਈ ਪਤਾ ਨਹੀਂ। ਪਿਛਲੇ ਵਾਰੀ ਅਸਾਂ ਸਫੈਦ ਛੋਲੇ ਬੀਜੇ ਸੀ, ਲੇਕਿਨ ਹੁਣ ਮਸਰ ਦੇ ਨਾਲ ਕਾਲੇ ਛੋਲੇ। ਸਰਦੀ ਦਾ ਰੋਟੀਆਂ ਆਉਂਦੀਆਂ ਨੇ, ਮੁਰਖ ਇਹਨਾਂ ਨੂੰ ਮੁਰਖ ਸੱਦੇ ਨੇ। ਜਿਤਨੀ ਪਾਟ ਲੋ ਇਹਨੇ ਕੋਈ ਨਹੀਂ ਰੁਕਣਾ। ਰੇੜੀ ਆਉਂਦੀ ਪਈ, ਕਮਾਦ ਲਾਦ ਲਿਆ ਉੱਥੇ, ਹੁਣ ਪੱਠੇ ਲੱਦਣੇ ਨੇ। ਰੇੜੀ ਆ ਗਈ, ਇੱਥੇ ਸਾਡੇ ਪੱਠੇ ਪਏ ਨੇ ਬਰਸੀਨ। 6 ਮਹੀਨੇ ਬਰਸੀਨ ਹੀ ਚੱਲਣੀ ਹੈ, ਉਸ ਤੋਂ ਬਾਅਦ ਫਿਰ ਚੇਂਜ ਹੋ ਜਾਣੇ ਨੇ। ਆ 3 ਥੱਪੇ ਅਤੇ 4 ਅੱਗੇ ਪੈਣ। ਅੱਛਾ ਦੋਸਤੋ, ਪੱਠੇ ਅਸਾਂ ਵਾਢ ਲੈਣੇ ਅਤੇ ਹੁਣ ਕਮਾਦ ਲਾਦ ਕੇ ਰੇੜੀ ਆਉਂਦੀ ਪਈ ਹੈ, ਉੱਤੇ ਰੱਖ ਕੇ ਅਤੇ ਥੱਬੇ ਅੱਗੇ ਜਾਣਾ। ਅਤੇ ਉਤਨੀ ਦੇਰ ਮੈਂ ਆਖਿਆ ਮਸਰ ਬੀਜੇ ਨੇ ਅਤੇ ਛੋਲੇ, ਉਹਨਾਂ ਨੂੰ ਨਜ਼ਰ ਮਾਰ ਲਈਏ, ਕਿਉਂਕਿ ਸੁੰਡੀ ਦਾ ਮੌਸਮ ਹੈ। ਸੁੰਡੀ ਲੱਗ ਜਾਵੇ ਤਾਂ ਛੱਡਣੀ ਉਸ ਕੋਈ ਸ਼ਾਇਦ ਕੋਈ ਨਹੀਂ। ਅਤੇ ਆਹ ਵੇਖੋ, ਇੱਕ ਸਾਈਡ ਤਾਂ ਛੋਲੇ ਨੇ ਅਤੇ ਇੱਕ ਤਾਂ ਮਸਰ, ਅਤੇ ਹਾਲੇ ਤੱਕ ਇਹਨਾਂ ਨੂੰ ਅਸਾਂ ਇੱਕ ਵੀ ਪਾਣੀ ਨਹੀਂ ਲਾਇਆ। ਆਹ ਮਸਰ ਦੇ ਪੌਦੇ ਨੇ, ਸਬੂਤੇ ਮਸਰ ਹੁਣ ਇਹਨਾਂ ਨੇ ਮਾੜੇ ਮਾੜੇ ਫੁੱਲ ਲੱਗਦੇ ਪਏ ਨੇ ਪਿੰਕ ਕਲਰ ਦੇ। ਨਾ ਇਹਨਾਂ ਨੂੰ ਪਾਣੀ ਲੱਗਦਾ ਹੈ। ਅਤੇ ਅੱਗੇ ਛੋਲਿਆਂ ਵੱਲ ਚੱਲੀਏ, ਛੋਲਿਆਂ ਦਾ ਪੌਦਾ ਵੱਡਾ ਹੁੰਦਾ ਹੈ। ਆਹ ਵੇਖ ਲਓ, ਇਹ ਹਲੇ ਪੌਦਾ ਹੀ ਉੱਤੇ ਹੋਇਆ ਜਾਂਦਾ ਹੈ, ਫੁੱਲ ਫੁੱਲ ਨੂੰ ਕੋਈ ਨਹੀਂ ਲੱਗੇ ਨੇ। ਕਾਲੇ ਛੋਲੇ ਅਸਾਂ ਬੀਜੇ ਨੇ, ਬਿਲਕੁਲ ਹਲੇ ਸਹੀ ਖਲੋਤੇ ਨੇ, ਲੇਕਿਨ ਹੁਣ ਸਰਦੀਆਂ ਆਉਂਦੀਆਂ ਪਈਆਂ ਨੇ ਇਹਨਾਂ ਨੂੰ। ਜਦੋਂ ਸਰਦੀ ਲੱਗਣੀ ਪੌਦੇ ਸੜਨ ਲੱਗ ਜਾਣੇ ਨੇ। ਹਲੇ ਸਬਜ਼ੀਆਂ ਕਲਰ ਚੇਂਜ ਕੀਤੀ ਖਲੋਤੇ ਨੇ ਸਰਦੀ ਨਾਲ। ਇੱਕ ਨਾਲ ਜਗ੍ਹਾ ਸਫਾਈ ਤਾਂ ਅਸਾਂ ਇਹਦੀ ਕੀਤੀ ਹੈ, ਲੇਕਿਨ ਜੇ ਸਰਦੀਆਂ ਦੀਆਂ ਬੂਟੀਆਂ ਆਉਂਦੀਆਂ, ਜੜੀ ਬੂਟੀਆਂ, ਉਹ ਫਿਰ ਵੀ ਉੱਗਦੀ ਪਈ ਹੈ, ਉਹ ਹੁਣ ਨਹੀਂ ਰੁਕਣੀ। ਛੋਲਿਆਂ ਤੋਂ ਪਹਿਲੇ ਮਸਰ ਮੁਕੰਮਲ ਤੱਕ ਹੋ ਜਾਣੇ ਨੇ, ਮਤਲਬ ਕਿ ਪੱਕ ਜਾਣੇ ਨੇ।
ਆ ਵੇਖ ਲਓ, ਪਤਾ ਨਹੀਂ ਕੌਣ ਇੱਥੇ ਸਾਡੇ ਰਾਤੀ ਚੋਰੀ ਕਰਕੇ ਜਾਂਦਾ, ਸਾਗ ਤੋੜ ਕੇ ਲੈ ਜਾਂਦੇ ਨੇ। ਸਾਗ ਦਾ ਸੀਜ਼ਨ ਹੈ। ਇੱਧਰ ਵੇਖ, ਤਬਾਹੀ ਲੱਥੀ ਪਈ ਪੱਠਿਆਂ ਦੀ। ਚਲੋ ਇੱਕ ਅੱਧੀ ਵਾਰੀ ਹੋਇਆ, ਚਲੋ ਕੋਈ ਨਹੀਂ। ਇਹ ਸਾਰੀ ਅੱਗੇ ਤੱਕ ਤਬਾਹੀ ਲੱਥੀ ਪਈ ਹੈ। ਛੱਡੇ ਜਿਹੜੇ ਸਾਡੇ ਪੌਦੇ ਨੇ ਸਰਸੋਂ ਦੇ, ਉਹਨਾਂ ਦੀ ਤਬਾਹੀ ਲੱਥੀ ਪਈ ਹੈ। ਇੱਧਰ ਵੇਖੋ, ਪਤਾ ਨਹੀਂ ਕਿਹੜਾ ਅੱਲਾ ਦਾ ਬੰਦਾ ਹੁੰਦਾ ਇਹ ਕੰਮ ਕਰਦਾ। ਵਾਹ ਭਾਈ ਵਾਹ, ਸਾਗ ਵਾਲਿਆਂ ਨੂੰ ਬਸ ਸਾਗ ਦੀ ਹੈ ਇਹ, ਕੋਈ ਨਹੀਂ ਥੱਲੋਂ ਤਬਾਹੀ ਹੁੰਦੀ ਪਈ ਹੈ। ਪਰ ਅਸੀਂ ਨਹੀਂ ਦੇ ਸਕਦੇ ਸਾਰਾ ਸਾਰਾ ਦਿਨ। ਹਰ ਵਾਰੀ ਹਰ ਸਾਲ ਇਸੇ ਤਰ੍ਹਾਂ ਹੁੰਦਾ, ਪੱਠਿਆਂ ਦੀ ਤਬਾਹੀ ਲੈਂਦੀ ਚੰਗੀ ਤਰੀਕੇ। ਸਾਗ ਤੋੜਨ ਵਾਲੇ ਤਾਂ ਸਾਗ ਤਾਂ ਆਪਣਾ ਲੈ ਜਾਂਦੇ ਨੇ, ਇੱਕ ਚੋਰੀ ਕੀਤੀ ਹੈ, ਗੁਨਾਹ ਖਟਿਆ ਹੈ, ਸਾਰੇ ਖਾਨਦਾਨ ਨੂੰ ਆਰਾਮ ਖਵਾਇਆ ਚੋਰੀ ਦਾ। ਇਹ ਮੁਸਲਮਾਨ ਹੈ, ਪਾਕਿਸਤਾਨ ਦੇ ਮੁਸਲੇ ਹੈ। ਰੇੜੀ ਅੱਗੇ ਪਹਿਲੇ ਆਈਏ, ਕਮਾਲ ਲੱਦਿਆ, ਫਿਰ ਤਾਂ ਜ਼ਿਆਦਾ ਵਜ਼ਨ ਹੋ ਜਾਣਾ, ਤਾਂ ਵਾਸਤੇ ਇੱਕੋ ਵਾਰੀ ਪੱਠੇ ਚੁੱਕ ਲੈਣੇ ਨੇ। ਅਤੇ ਇੱਕ ਦੁਬਾਰਾ ਤਾਂ ਵਿਹਲਾ ਪਿਆ ਸੀ ਅਤੇ ਗੰਦਮ ਬੀਜ ਦਿੱਤੀ ਹੈ, ਲੇਕਿਨ ਕਾਂ ਅਤੇ ਲਾਲੀਆਂ ਅਤੇ ਮੁਰਗੀਆਂ ਬਹੁਤ ਤੰਗ ਕੀਤੀ ਖੜੋਤੀਆਂ ਨੇ। ਵੇਖ ਲਓ ਦਰਅਸਲ ਨਾਲ ਡੇਰੇ ਦੇ, ਅਤੇ ਮੁਰਗੀਆਂ ਪਾਲ ਪਾਲ ਕੇ ਆਉਂਦੀਆਂ ਨੇ ਇੱਥੇ। ਹੁਣ ਇਹਨਾਂ ਨੂੰ ਕੋਈ ਮੁਸਲਮਾਨ ਫੜ ਕੇ ਵਿਖਾਵੇ ਨਾ, ਫਿਰ ਚਾਸੇ ਇੱਕ ਤਾਂ ਸਕੂਨ ਨਾਲ ਟੁਰ ਜਾਂਦੀ। ਖਾ ਜਾ, ਤੁਹਾਨੂੰ ਕੀ ਹੋਇਆ? ਖਾ ਆ, ਚਿੱਟੀ ਦੀ ਆਲ ਔਲਾਦ ਨਹੀਂ ਫਦੀਂਦੀ ਮੇਰੇ ਤੋਂ, ਚਿੱਟੀ ਦੀ ਆਲ ਔਲਾਦ ਏ। ਖਾ ਮੇਰੀ ਲਾਡੋ, ਇੱਕ ਇੱਥੇ ਆ ਤੂੰ ਰਾਂ। ਇੱਥੇ ਬਾਜਾ, ਇੱਥੇ ਵੀ ਬਾਜਾ, ਤੈਨੂੰ ਛੁਰੀ ਆ ਰਹੀ ਆ। ਤੂੰ ਮੋਬਾਈਲ ਨੇ ਛੁਰੀਆਂ ਲੈਣੀਆਂ ਨੇ, ਕੰਮ ਹੋ ਗਿਆ ਸਹੀ।